ਤਾਂ ਹਜ਼ੂਰ ਨੇ ਕਿਹਾ ਜੇ ਤੂੰ ਚਾਹੁੰਦੇ ਤੇਰੇ ਅੰਦਰ ਦੇ ਉਹ ਖਾਲਸੇ ਦੇ ਗੁਣ ਟਿਕੇ ਰਹਿਣ ਤਾਂ ਮੈਂ ਤੈਨੂੰ ਬਾਹਰੋਂ ਪਹਿਰਾਵਾ ਦਿੱਤਾ, ਇਹਦੀ ਕੀਮਤ ਹੈ, ਪਰ ਜੇ ਵਿੱਚ ਤੱਤ ਹੋਵੇ। ਹੁਣ ਉਹ ਦਵਾਈ ਨੂੰ ਕੈਪ ਵਿੱਚ ਇਸ ਲਈ ਬੰਦ ਕੀਤਾ ਜਾਂਦਾ ਕਿ ਲੰਬਾ ਸਮਾਂ ਉਹ ਦਵਾਈ ਕਾਰਗਰ ਰਹੇ, ਤਾਂਹੀਓ ਕੈਪਸੂਲ ਦੇ ਪੱਤੇ 'ਤੇ ਐਕਸਪਾਇਰੀ ਡੇਟ ਲਿਖੀ ਜਾਂਦੀ ਹੈ। ਹਜ਼ੂਰ ਨੇ ਇੱਕ ਗੱਲ ਕਹੀ, ਸਿੱਖਾ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਤੇਰੇ ਕੋਲ ਬਾਹਰੀ ਪਹਿਰਾਵਾ ਵੀ ਹੋਵੇ, ਤੂੰ ਪਾਠ ਵੀ ਕਰੇ, ਪਰ ਚਿੱਤੇ ਰੱਖ ਤੇਰੇ ਅੰਦਰ ਧਰਮ ਦੇ ਗੁਣ ਵੀ ਚਾਹੀਦੇ ਨੇ, ਜਿਹਨੂੰ ਮਹਾਰਾਜ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜਦੋਂ ਮਹਾਰਾਜ ਨੇ ਨਿਰਮਲ ਪੰਥ ਤੋਂ ਖਾਲਸਾ ਪੰਥ ਸ਼ੁਰੂ ਕੀਤਾ, ਉਦਣ ਵੀ ਪਹਿਲੇ ਸਿੱਖ ਦਾ ਸੀਸ ਲਿਆ, ਸਬੱਬੀ ਉਹਦਾ ਨਾਮ ਭਾਈ ਦਇਆ ਰਾਮ। ਹਜ਼ੂਰ ਨੇ ਕਿਹਾ ਲੈ ਦਇਆ ਰਾਮ, ਜਿਹੜਾ ਧਰਮ ਵਿੱਚ ਸਭ ਤੋਂ ਵੱਡਾ ਗੁਣ ਚਾਹੀਦਾ, ਜੇ ਤੇਰੇ ਰੂਪ ਵਿੱਚ ਮੇਰੇ ਪੰਥ ਵਿੱਚ ਆ ਗਿਆ। ਦਇਆ ਦਾ ਰੂਪ ਹਜ਼ੂਰ ਨੇ ਖਾਲਸਾ ਪੰਥ ਵਿੱਚ ਭਰਿਆ, ਦਇਆ ਤੋਂ ਬਾਅਦ ਧਰਮ ਦਾ ਰੂਪ ਮਹਾਰਾਜ ਨੇ ਖਾਲਸਾ ਪੰਥ ਵਿੱਚ ਭਰਿਆ। ਧਰਮ ਚਲਾਉਣ ਲਈ ਔਰ ਕਮਾਉਣ ਲਈ ਹਿੰਮਤ ਚਾਹੀਦੀ ਹੈ। ਤਿੰਨ ਨੰਬਰ 'ਤੇ ਸੀਸ ਲੈ ਕੇ ਖਾਲਸੇ ਵਿੱਚ ਗੁਣ ਭਰ ਦਿੱਤਾ, ਕਿਉਂਕਿ ਧਰਮ ਚਲਾਉਣ ਵਾਸਤੇ ਹਿੰਮਤ ਚਾਹੀਦੀ ਹੈ, ਧਰਮ ਕਮਾਉਣ ਵਾਸਤੇ ਵੀ ਹਿੰਮਤ ਚਾਹੀਦੀ ਹੈ। ਦੋ ਚੀਜ਼ਾਂ ਨੇ। ਜੇ ਕੋਈ ਬੰਦਾ ਕਵੇ ਨਾ ਹਿੰਮਤ ਤੋਂ ਬਗੈਰ ਧਰਮ ਕਮਾਉਣਾ, ਤੁਸੀਂ ਕਮਾਈ ਨਹੀਂ ਸਕੋਗੇ। ਹਿੰਮਤ ਹੋਏਗੀ ਤੇ ਅੰਮ੍ਰਿਤ ਵੇਲੇ ਉੱਠੋਗੇ, ਹਿੰਮਤ ਹੋਏਗੀ ਬੇਕਾਰਾਂ ਦੇ ਵਿਰੁੱਧ ਲੜੋਗੇ, ਹਿੰਮਤ ਹੋਏਗੀ ਤੇ ਜਬਰ ਜ਼ੁਲਮ ਦੇ ਵਿਰੁੱਧ ਖਾਲਸਾ ਲੜਦਾ। ਜਿਹਦੇ ਅੰਦਰ ਹਿੰਮਤ ਨਹੀਂ, ਮਾਫ ਕਰਿਓ, ਉਹ ਜਬਰ ਜ਼ੁਲਮ ਸਹਿ ਲੈਂਦਾ, ਅੰਦਰੋਂ ਬੇਕਾਰਾਂ ਦੇ ਹੱਥੋਂ ਵੀ ਹਾਰਦਾ ਤੇ ਬਾਹਰੋਂ ਜਬਰ ਜ਼ੁਲਮ ਕਰਨ ਵਾਲਿਆਂ ਦੇ ਹੱਥੋਂ ਵੀ ਹਾਰਦਾ। ਤਾਂਹੀਓ ਧਰਮ ਕਮਾਉਣ ਲਈ ਬੜੀ ਹਿੰਮਤ ਚਾਹੀਦੀ ਹੈ, ਕਿਉਂਕਿ ਜਦੋਂ ਗੁਰੂ ਪਰਚਾ ਪਾਉਂਦਾ, ਸਿੱਖੀ ਕਮਾਉਣੀ ਸੌਖੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਸਰਲ ਵੀ ਕਿਹਾ ਸਿੱਖੀ ਨੂੰ, ਇਹ ਤੋਂ ਸੌਖਾ ਧਰਮ ਨਹੀਂ ਦੁਨੀਆਂ 'ਚ ਲੋਕਾਂ ਨੂੰ ਮਿਲੇਗਾ। ਪਰ ਚੇਤੇ ਰੱਖਿਓ, ਸਿੱਖੀ ਕਠਿਨ ਵੀ ਬੜੀ ਹੈ। ਇਹਨੂੰ ਮਹਾਰਾਜ ਨੇ ਬਹੁਤ ਕਠਿਨ ਰੂਪ ਵਿੱਚ ਵੀ ਕਿਹਾ, ਸਿੱਖਾ ਜਦੋਂ ਤੂੰ ਸੇਵਾ ਕਮਾਉਣੀ ਹੈ, ਸਤਿਗੁਰ ਕੀ ਸੇਵਾ ਅਤ ਸੁਖਾਲੀ ਵੀ ਹੈ ਅਤੇ ਸਤਿਗੁਰ ਕੀ ਸੇਵਾ ਗਖੜੀ ਵੀ ਹੈ। ਗਖੜੀ ਦਾ ਅਰਥ ਹੈ ਕਠਿਨ। ਇਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਇਹਨੂੰ ਕਿਹਾ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਤਪਦਾ ਪਰੋਪਕਾਰ ਨੂੰ ਠੰਡੇ ਪਰੋਪਕਾਰ ਬਿਹਾਣੀ। ਅਖੀਰ 'ਤੇ ਕਿਹਾ ਗੁਰਸਿੱਖੀ ਦੀ ਇਹ ਨਿਸ਼ਾਨੀ। ਕੀ ਨਿਸ਼ਾਨੀ ਹੈ? ਸਿੱਖੀ ਕਮਾਉਣੀ ਕਠਿਨ ਵੀ ਹੈ, ਗੁਰਸਿੱਖੀ ਬਾਰੀਕ ਹੈ। ਕਿਉਂ? ਇੱਥੇ ਸਿੱਖੀ ਬੁੱਝਣੀ ਪੈਂਦੀ, ਇਕੱਲਾ ਧਾਰਨ ਕਰਨਾ ਵਿਸ਼ਾ ਨਹੀਂ, ਗੁਰੂ ਕਵੇ ਤੋਂ ਉਸ ਚੀਜ਼ ਨੂੰ ਬੁੱਝਣਾ ਪੈਂਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਸਵਾਲ ਕੀਤਾ ਸਵਾਲ, ਤਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਲਾਇਆ ਨਾ ਕਰਤਾਰਪੁਰ ਸਾਹਿਬ, ਇੱਕ ਦਿਨ ਕਹਿੰਦੇ ਬਹੁਤ ਬਦਬੂ ਆਉਣ ਲੱਗ ਪਈ, ਦੁਰਗੰਧ ਆਵੇ, ਹਵਾ ਚੱਲੇ ਤੇ ਸਭ ਨੂੰ ਦੁਰਗੰਧ ਆਵੇ, ਨੱਕ ਢੱਕਣ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਦੀ ਡਿਊਟੀ ਲਾਈ, ਦੋ ਚੌਹ ਨੂੰ ਉਠਾ ਕੇ ਵੇ ਸਫਾਈ ਕਰਾਓ ਧਰਮਸ਼ਾਲ ਦੀ, ਗੰਦਗੀ ਇੰਨੀ ਬਦਬੂ ਕਿਉਂ ਆ ਰਹੀ? ਉਹਨਾਂ ਕਿਹਾ ਜੀ ਠੀਕ ਹੈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਚਾਦਰਾਂ ਝਾੜ ਦਿੱਤੀਆਂ ਗਈਆਂ, ਸਫਾਂ ਝਾੜ ਕੇ ਵਿਛਾਈਆਂ, ਝਾੜੂ ਲਾਇਆ, ਸਫਾਈ ਕਰਨ ਵਾਲਿਆਂ ਸਫਾਈ ਕੀਤੀ। ਅਗਲੇ ਦਿਨ ਬਿਲਕੁਲ ਸਾਫ਼ ਸੁਥਰੀ ਸਫਾਈ ਹੋ ਗਈ, ਝਾੜੂ ਲੱਗ ਗਿਆ, ਸਫਾਂ ਵਿਛ ਗਈਆਂ, ਦੀਵਾਨ ਲੱਗਾ ਅਤੇ ਹਵਾ ਵਗੀ ਤਾਂ ਫਿਰ ਦੁਰਗੰਧ ਆਈ। ਜਦੋਂ ਫਿਰ ਬਦਬੂ ਆਈ, ਮਹਾਰਾਜ ਜੀ ਨੇ ਫਿਰ ਭਾਈ ਲਹਿਣਾ ਜੀ ਨੂੰ ਕੋਲ ਸੱਦ ਕੇ ਕਿਹਾ, ਇਹ ਕੱਲ੍ਹ ਵੀ ਬਦਬੂ ਆ ਰਹੀ ਸੀ ਅਤੇ ਦੁਰਗੰਧ ਅੱਜ ਵੀ ਆ ਰਹੀ ਹੈ। ਜਦੋਂ ਹਵਾ ਵਗਦੀ ਹੈ ਧਰਮਸ਼ਾਲ ਦੇ ਅੰਦਰ ਦੁਰਗੰਧ ਆਉਂਦੀ ਹੈ। ਭਾਈ ਲਹਿਣਾ ਜੀ, ਇਹਨੂੰ ਚੰਗੀ ਤਰ੍ਹਾਂ ਨਿਰੀਖਣ ਕਰੋ, ਇਹ ਕਿੱਥੋਂ ਆਉਂਦੀ, ਇਹਦੀ ਸਫਾਈ ਕਰਾਓ। ਮਹਾਰਾਜ ਸਤ ਵਚਨ। ਹੁਣ ਦੀਵਾਨ ਸਮਾਪਤ ਹੋਏ, ਚਾਦਰਾਂ ਸਫਾਂ ਫਿਰ ਚੁੱਕ ਦਿੱਤੀਆਂ ਗਈਆਂ, ਭਾਈ ਲਹਿਣਾ ਜੀ ਸਫਾਈ ਕਰਾਉਣ ਲੱਗ ਪਏ, ਵੇਖਿਆ ਹਵਾ ਦਾ ਬੁੱਲਾ ਇੱਧਰੋਂ ਆਉਂਦਾ ਅਤੇ ਦੁਰਗੰਧ ਇੱਧਰੋਂ ਫਿਰ ਉਸ ਦੀਵਾਨ ਵਿੱਚ ਪ੍ਰਵੇਸ਼ ਕਰਦੀ ਹੈ। ਲੱਭਦਿਆਂ ਲੱਭਦਿਆਂ ਉੱਥੇ ਪੁਰਾਣੀਆਂ ਸਫਾਂ ਗਲੀਆਂ ਪਈਆਂ ਸਨ, ਉਹਦੇ ਕੋਲ ਇੱਕ ਮਰੀ ਹੋਈ ਚੂਹੀ ਪਈ ਹੈ। ਸਿੱਖ ਤਵਾਰੀਖ ਨੇ ਗਵਾਹੀ ਭਰੀ, ਉਹ ਚੂਹੀ ਭਾਈ ਲਹਿਣਾ ਜੀ ਨੇ ਜਦੋਂ ਮਰਿਆ ਚੂਹਾ ਵੇਖਿਆ,
ਉਹਨੂੰ ਚੁੱਕ ਕੇ ਪਰਾਂ ਦੂਰ ਲਿਜਾ ਕੇ ਮਿੱਟੀ ਵਿੱਚ ਦੱਬ ਦਿੱਤਾ। ਫਿਰ ਉੱਥੇ ਗੋਹਾ ਮਿੱਟੀ ਫੇਰ ਕੇ ਸਫਾਈ ਕੀਤੀ। ਅਗਲੇ ਦਿਨ ਦੀਵਾਨ ਸਜੇ, ਹੁਣ ਹਵਾ ਵਗਦੀ ਹੈ, ਕੋਈ ਦੁਰਗੰਧ ਨਹੀਂ ਆਉਂਦੀ। ਜਦੋਂ ਦੀਵਾਨ ਸਮਾਪਤ ਹੋਏ, ਮਹਾਰਾਜ ਨੇ ਕੋਲ ਸੱਦ ਕੇ ਕਿਹਾ, ਲੈਣਾ ਜੀ ਇਹ ਸਫਾਈ ਹੁਣ ਹੋ ਗਈ, ਦੁਰਗੰਧ ਨਹੀਂ ਆਈ, ਇਹ ਬਦਬੂ ਕਿਹੜੀ ਚੀਜ਼ ਦੀ ਸੀ? ਭਾਈ ਲਹਿਣਾ ਜੀ ਨੇ ਹੱਥ ਜੋੜ ਕੇ, ਮਹਾਰਾਜ ਚੂਹਾ ਮਰਿਆ ਹੋਇਆ ਸੀ, ਮਨੇ ਚੂਹੇ ਦੀ ਦੁਰਗੰਧ ਹਵਾ ਵਗਦੀ ਤੇ ਆਉਂਦੀ ਸੀ। ਤਾਂ ਹਜ਼ੂਰ ਨੇ ਉਹ ਸਿੱਖ ਸੱਦ ਲਏ ਜਿਨ੍ਹਾਂ ਨੂੰ ਪਹਿਲਾਂ ਡਿਊਟੀ ਲਾਈ ਸੀ। ਦੇਖੋ ਸਿੱਖੀ ਬੁੱਝਣ ਦਾ ਵਿਸ਼ਾ, ਇਕੱਲਾ ਧਾਰਨ ਕਰਨ ਨਾਲ ਕੁਝ ਨਹੀਂ ਹੋਏਗਾ। ਉਹਨਾਂ ਨੂੰ ਕੋਲ ਸੱਦ ਕੇ ਕਿਹਾ, ਬਈ ਇਹ ਚੂਹੀ ਤੁਸੀਂ ਨਹੀਂ ਵੇਖੀ ਜਿਹੜੀ ਭਾਈ ਲਹਿਣੇ ਨੇ ਵੇਖੀ ਹੈ? ਮਰਿਆ ਚੂਹਾ ਤੁਹਾਨੂੰ ਨਜ਼ਰ ਨਹੀਂ ਪਿਆ? ਇਹ ਦੁਰਗੰਧ ਮਰੀ ਹੋਈ ਚੂਹੀ ਦੀ, ਮਰੇ ਚੂਹੇ ਦੀ ਸੀ, ਤੁਹਾਨੂੰ ਨਜ਼ਰ ਨਹੀਂ ਪਿਆ? ਇੱਕ ਸਿੱਖ ਨੇ ਕਿਹਾ, ਜੀ ਵੇਖਿਆ ਤੇ ਸੀ, ਸਾਰੀ ਸਫਾਈ ਕਰਦਿਆਂ ਫਲਾਨੇ ਨੂੰ ਮੈਂ ਕਿਹਾ ਸੀ ਚੂਹੀ ਚੁੱਕ ਕੇ ਬਾਹਰ ਸੁੱਟ ਦੇ। ਤੇ ਉਹਨੂੰ ਮਹਾਰਾਜ ਨੇ ਪੁੱਛਿਆ ਵੀ ਤੂੰ? ਕਹਿਣ ਲੱਗਾ, ਜੀ ਕਿਹਾ ਤੇ ਸੀ, ਮੈਂ ਫਲਾਨੇ ਨੂੰ ਕਿਹਾ ਸੀ ਵੀ ਤੂੰ ਚੁੱਕ ਕੇ ਬਾਹਰ ਸੁੱਟ ਦੇ। ਇੱਕ ਦੂਜੇ ਨੂੰ ਕਹਿੰਦੇ ਰਹੇ, ਮਰੀ ਚੂਹੀ ਕਿਸੇ ਬਾਹਰ ਨਾ ਚੁੱਕ ਕੇ ਸੁੱਟੀ। ਇਹ ਸੱਚ ਹੈ ਸਿੱਖੋ, ਆਪੋ ਆਪਣੀਆਂ ਚੂਹੀਆਂ ਆਪਾਂ ਅੰਦਰੋਂ ਦੁਰਗੰਧ ਨਹੀਂ ਕੱਢਦੇ। ਹਰ ਬੰਦਾ ਆਪਣੀ ਹੋਮੇ ਈਗੋ ਅਹੰਕਾਰ ਅੰਦਰ ਰੱਖਦਾ, ਆਪਾਂ ਦੂਜੇ ਨੂੰ ਕਹਿੰਦੇ ਤੂੰ ਹੋਮੇ ਛੱਡ ਦੇ, ਮੈਂ ਨਹੀਂ ਛੱਡਣੀ। ਜਿੰਨੀ ਦੇਰ ਆਪਣਾ ਅਹੰਕਾਰ ਆਪੋ ਆਪਣੇ ਅੰਦਰੋਂ ਦੁਰਗੰਧ ਨਹੀਂ ਕੱਢਦੇ, ਉਨੀ ਦੇਰ ਨਾਮ ਦੀ ਖੁਸ਼ਬੂ ਸੁਗੰਧ ਨਹੀਂ ਆਏਗੀ। ਹਜ਼ੂਰ ਸੱਚੇ ਪਾਤਸ਼ਾਹ ਨੇ ਹਰ ਸਾਖੀ ਵਿੱਚ ਕੁਝ ਨਾ ਕੁਝ ਸਿੱਖ ਨੂੰ ਸਮਝਾਇਆ, ਸਿੱਖਾ ਜਿੱਦਣ ਤੇਰੇ ਅੰਦਰੋਂ ਮੇਰ ਤੇਰ ਅਹੰਕਾਰ ਹੋਮੇ ਨਿਕਲ ਗਈ, ਉਦਣ ਸਮੇਂ ਤੂੰ ਸਿੱਖੀ ਨੂੰ ਬੁੱਝ ਲਿਆ, ਫਿਰ ਤੇਰੇ ਅੰਦਰ ਸਿੱਖੀ ਦੇ ਗੁਣ ਵੱਧਦੇ ਜਾਣਗੇ, ਇੱਕ ਦਿਨ ਤੈਨੂੰ ਗੁਰੂ ਖਾਲਸੇ ਦਾ ਰੂਪ ਦੇ ਦੇਗਾ, ਉਹ ਗੁਣ ਵਧਣਗੇ ਫਿਰ ਤੇਰੇ ਅੰਦਰ, ਜਿਹਨੂੰ ਮਹਾਰਾਜ ਨੇ ਧੌਲ ਧਰਮ ਦਇਆ ਕਾਪੂਤ ਕਿਹਾ, ਉਹ ਗੁਣ ਵਧਣਗੇ ਜਿਹਨੂੰ ਕਿਹਾ ਤੇਰੇ ਅੰਦਰ ਸੰਤੋਖ ਚਾਹੀਦਾ, ਤੇਰੇ ਅੰਦਰ ਦਇਆ ਖੇਮਾ ਗੁਣ ਚਾਹੀਦੇ ਨੇ, ਉਹ ਗੁਣ ਫਿਰ ਵਧਣੇ ਸ਼ੁਰੂ ਹੋ ਜਾਣਗੇ। ਗੁਣ ਵੱਧਦੇ ਕਦੋਂ ਨੇ? ਜਦੋਂ ਸਿੱਖ ਦੇ ਕੋਲ ਗੁਣ ਆਉਣ ਪਰ ਉਹ ਨਿਗੁਣਾ ਹੋ ਕੇ ਰੱਬ ਅੱਗੇ ਕਹੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ। ਇੱਥੇ ਕੰਮ ਉਲਟਾ ਹੋਇਆ ਪਿਆ ਦੁਨਿਆਵੀ ਤੌਰ 'ਤੇ, ਬੰਦਾ ਕੰਮ ਮਾੜਾ ਕਰਨਾ ਚਾਹੁੰਦਾ ਅਤੇ ਫਿਰ ਚਾਹੁੰਦਾ ਨਾਮ ਮੇਰਾ ਚੰਗੇ ਕੰਮਾਂ 'ਚ ਆਵੇ। ਕੰਮ ਮਾੜਾ ਕਰਦਾ ਉਹਦੇ 'ਚ ਨਾਮ ਨਹੀਂ ਆਉਣਾ ਚਾਹੀਦਾ। ਫਿਰ ਜਦੋਂ ਵੀ ਕਿਸੇ ਦੀ ਕੋਈ ਚੁਗਲੀ ਕਰੇ ਨਾ, ਉਹ ਕਰਕੇ ਕਹਿੰਦਾ ਉਹਦਾ ਮੇਰਾ ਨਾਂ ਨਹੀਂ ਮੋਹਰੇ ਆਉਣਾ ਚਾਹੀਦਾ, ਮੇਰਾ ਨਾਮ ਨਾ ਲਿਓ ਮੋਹਰੇ, ਕਰੇਗਾ ਜ਼ਰੂਰ ਮਾੜਾ, ਮੇਰਾ ਨਾਮ ਨਹੀਂ ਆਉਣਾ ਚਾਹੀਦਾ। ਚੰਗਾ ਕੰਮ ਨਹੀਂ ਵੀ ਕੀਤਾ ਵੋਟ ਲੱਗਣਾ ਚਾਹੀਦਾ। ਗੁਰੂ ਨੇ ਇੱਕ ਗੱਲ ਕਹੀ ਹੈ, ਸਿੱਖਾ ਇਹ ਸੰਸਾਰ ਵਿੱਚ ਨਾਮ ਬਣਾਉਣ ਵਾਲਿਆ, ਦੁਨਿਆਵੀ ਤੌਰ 'ਤੇ ਨਾਮ ਮਿਟ ਮਿਟਾ ਜਾਂਦੇ ਨੇ, ਸ਼ੁਭ ਗੁਣ ਧਾਰਨ ਕਰ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਜਿੱਦਣ ਸਭ ਕੁਝ ਕਰ ਕਰਾ ਕੇ ਕਹੇਗਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਉਦਣ ਤੇਰੇ ਗੁਣ ਵਧਣਗੇ, ਤੇਰੀ ਵਡਿਆਈ ਵਧੇਗੀ। ਇਹ ਤੇ ਤੁਹਾਡਾ ਤਜਰਬਾ ਰਹਿਣਾ ਹੈ, ਜਿਹੜੇ ਪੈਸੇ ਜੇਬ ਵਿੱਚ ਹੋਣ ਉਹ ਚੱਲ ਹੀ ਜਾਂਦੇ ਨੇ, ਅੱਜ ਚੱਲ ਜਾਣ, ਕੱਲ ਚੱਲ ਜਾਣ, ਪਰਸੋਂ ਖਰਚ ਹੋ ਜਾਣ, ਅਤੇ ਜਿਹੜੇ ਪੈਸੇ ਥੋੜ੍ਹੇ ਜਿਹੇ ਕਮਾਈ 'ਚੋਂ ਕਿਤੇ ਅਲੱਗ ਕਰਕੇ ਐੱਫ ਡੀ ਆਰ ਕਰਾ ਦਿਓ ਨਾ, ਬੈਂਕ ਵਿੱਚ ਪੱਕਾ ਫਿਕਸ ਡਿਪੋਜ਼ਿਟ ਕਰਾ ਦਿਓ, ਉਹ ਸਾਲ ਬਾਅਦ ਜਾ ਕੇ ਭਾਵੇਂ ਇੱਕ ਸਾਲ ਬਾਰਾਂ ਮਹੀਨੇ ਉਹਦੇ 'ਚ ਇੱਕ ਰੁਪਈਆ ਹੋਰ ਨਾ ਪਾਇਓ, ਪਰ ਸਾਲ ਬਾਅਦ ਉਹਦੇ ਨਾਲ ਥੋੜ੍ਹੇ ਨਾ ਥੋੜ੍ਹੇ ਪੈਸੇ ਜੁੜ ਹੀ ਜਾਣਗੇ। 1 ਲੱਖ ਅਲੱਗ ਜਮ੍ਹਾਂ ਕਰਾਤਾ, ਸਾਲ ਬਾਅਦ 8,000 ਜੁੜ ਜਾਣਾ। ਉਹ ਭਲਿਆ ਪੁਰਖਾ, ਇੱਦਾਂ ਜਦੋਂ ਤੈਨੂੰ ਦੁਨੀਆ 'ਚ ਵਡਿਆਈ ਮਿਲੇ, ਆਪਣੇ ਗੁਰੂ ਕੋਲ ਜਮ੍ਹਾਂ ਕਰਾ ਜਾ ਕਰ, ਇਹ ਆਪੇ ਵਧਣ ਲੱਗ ਜਾਣੀ। ਇਹ ਗੁਰੂ ਕੋਲ ਜਮ੍ਹਾਂ ਕਰਾ, ਕਿਵੇਂ? ਕਿਉਂਕਿ ਤੇਰਾ ਹੈ ਹੀ ਕੁਝ ਨਹੀਂ, ਸਿੱਖੀ ਮਿਟਣ ਦਾ ਵਿਸ਼ਾ, ਸਿੱਖੀ ਬਣਨ ਦਾ ਵਿਸ਼ਾ ਨਹੀਂ। ਜਿੱਦਣ ਸਿੱਖ ਆਪਣਾ ਆਪ ਮਿਟਾ ਲੈਂਦਾ, ਉਦਣ ਗੁਰੂ ਉਹਨੂੰ ਚੁੱਕ ਕੇ ਆਪਣੇ ਬਰਾਬਰ ਕਰਕੇ ਕਹਿੰਦਾ, ਸਿੱਖਾ ਹੁਣ ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ। ਹੁਣ ਫਿਰ ਗੁਰੂ ਇਹ ਗੱਲ ਕਹਿੰਦਾ, ਲੈ ਖੀਸਾ ਮੇਰਾ, ਹੱਥ ਤੇਰਾ, ਜਿੰਨਾ ਮਰਜ਼ੀ ਵਰਤਾਈ। ਜਿੱਦਣ ਗੁਰੂ ਬਰਾਬਰ ਕਰ ਲੈ, ਉਦਣ ਗੁਰੂ ਅਥਾਰਟੀ ਪਾਵਰ ਦੇ ਕੇ ਕਹਿੰਦਾ, ਜੋ ਕੁਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜ਼ਾਹਰ ਜੀਓ। ਪਰ ਪਹਿਲਾਂ ਕਹਿਣਾ ਪੈਂਦਾ ਕਿ ਤੁਧਿਆ ਗਏ ਅਰਦਾਸ ਹਮਾਰੀ,
जियो पिंड सब तेरा। भाई नंद लाल साहब उन्होंने गुरु गोबिंद सिंह महाराज जी की वडियाई की। कहिंदे एक दिन कलगीधर पातशाह ने भी अपने हाथ विच पिचकारी पकड़ी। वो पिचकारी कादी है, लोग झूठियां होलियां खेडते ने, कच्चे रंग दियां होलियां खेडते ने। कलगीधर पातशाह ने वह मजीठ प्रेम का रंग कहिंदे गुरु गोबिंद सिंह महाराज के हाथ विच भी पिचकारी सी। जेह पुचकारीए अर पुर जाफ अन्नी, धन गुरु गोबिंद सिंह महाराज अपने हाथ विच एक प्रेम दी और बख्शिशां दी पिचकारी लैके निकले। जिहड़े जिहड़े सिख दान दे पत्र सन कलगियां वाले ने ऐसा प्रेम दा रंग चाढ़िया, परत के वह रंग चढ़खड़ियां ते चढ़न तों बाद भी नहीं उतरिया। आरियां नाल चीरे गए पर रंग नहीं उतरिया।